ਮਨਪ੍ਰੀਤ ਕੌਰ ਆਵਾਜ਼ ਆ ਰਹੀ ਮੇਰੀ? ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਸ ਤਰ੍ਹਾਂ? ਕਿਵੇਂ ਹੋ ਸਰ ਤੁਸੀਂ? ਬਸ ਠੀਕ ਹੈ। ਥੈਂਕ ਯੂ ਕੰਮ ਤੇ। ਥੈਂਕ ਯੂ ਵੈਰੀ ਮੱਚ। ਕਿੱਥੇ ਕੰਮ ਕਰ ਰਹੇ ਹੋ ਅੱਜ ਕੱਲ? ਹਾਂਜੀ, ਕਿਹੜੀ ਜਗ੍ਹਾ ਕੰਮ ਕਰ ਰਹੇ ਹੋ? ਫ੍ਰੈਸ਼ ਸਲਾਈਸ ਪੀਜ਼ਾ ਸਟੋਰ। ਫ੍ਰੈਸ਼ ਸਲਾਈਸ? ਮੈਂ ਫ੍ਰੈਸ਼ ਸਲਾਈਸ ਖਾਦਾ ਸੀ ਐਕਚੁਅਲੀ ਪਿਛਲੇ ਹਫਤੇ। ਆਈ ਵਾਸ ਇਨ ਵਿਕਟੋਰੀਆ ਸਮਵੇਅਰ, ਆਈ ਥਿੰਕ, ਸੌਰੀ, ਨਨਾਇਮੋ। ਓਕੇ, the fresh slices okay. See, pehli baar try kiya, we like fresh slices much more than Pizza Hut and other things. Other pizza store? yeah I know I know, there's something about fresh slices. It's opposite for me, I don't like fresh slices. Oh, kyunki tusi sari dihaadi kare ho na udhar pizza naal, tanu pata pizza da man thak gaya tha. Haan ji, theek hai. Kis tarah chal reha tade husband da sab communication chal rahi hai? ਡਿਸੀਜਨ ਆ ਗਏ ਸੀ ਤੇ ਉਹ ਆਪਣਾ ਇਹੀ ਸੀ ਕਿ ਆਪਾਂ ਇੱਕ ਈਮੇਲ ਕਰਕੇ ਵੇਖ ਲਓ ਤੇ ਤੁਸੀਂ ਕਿਹਾ ਸੀ ਕਿ ਆਪਾਂ ਮੈਮ ਨੂੰ ਪੁੱਛ ਲੈਂਦੇ ਹਾਂ ਕਿ ਇਹਨਾਂ ਦੀ ਕੰਸੈਂਟ ਲੈ ਲੈਂਦੇ ਕਿ ਆਪਾਂ ਕੁਛ ਈਮੇਲ ਕਰਕੇ ਵੇਖ ਲਈਏ ਤੇ ਤੁਸੀਂ ਉਹ ਲੈ ਲਓ ਤੇ ਬਾਕੀ ਸਾਰੇ ਦੀ ਤੁਸੀਂ ਥੋੜ੍ਹੀ ਜਿਹੀ ਜ਼ੂਮ ਦੀ ਸੈਟਿੰਗ ਕਰ ਦਿਓ ਕਿਉਂਕਿ ਇਹ ਫਰੇਮ 'ਚ ਆਉਂਦੇ ਨਹੀਂ ਸਾਰੇ, ਉਹ ਚੇਂਜ ਹੋ ਜਾਂਦਾ ਜਦੋਂ ਵੋਇਸ ਚੇਂਜ ਹੁੰਦੀ ਹੈ। ਅੱਛਾ, ਤਾਂ ਜ਼ੂਮ ਦੀ ਸੈਟਿੰਗ ਤਾਂ ਬਸ ਇਹੀ ਹੈ ਐਕਚੁਅਲੀ। ਮੈਂ ਇਸ ਵਕਤ ਇੰਡੀਆ ਆਇਆ ਹੋਇਆ, ਮਨਪ੍ਰੀਤ ਇੰਡੀਆ ਦਾ, ਤੁਹਾਨੂੰ ਪਤਾ ਹੈ ਮੈਂ ਏਅਰਟੈਲ ਦਾ ਡੇਟਾ ਯੂਜ ਕਰਨਾ, ਵਿੱਚ ਵਿੱਚ ਕਦੇ ਕੱਟ ਜਾਂਦਾ ਹੈ, ਸੋ ਦੇਰ ਇਜ਼ ਆਲਵੇਸ ਥਿੰਗ, ਪਰ ਜ਼ੂਮ ਸੈਟਿੰਗ ਇਸ ਵਿੱਚ ਸੈਟਿੰਗ ਹੋਰ ਹੋਣੀ ਨਹੀਂ ਜ਼ਿਆਦਾ, ਜੋ ਕੁਛ ਹੈ, ਸੋ ਦਿਸ ਇਜ਼ ਵਾਟ ਇਟ ਇਜ਼। ਸੋ ਆਹ ਦੇਖੋ, ਇਹਨਾਂ ਦਾ ਇੱਕ ਰਿਮਾਈਂਡਰ ਕਰਕੇ ਨਾ ਉਹ ਮੈਸੇਜ ਵੀ ਆਇਆ ਹੈ ਤੇ ਮੈਸੇਜ ਵੀ ਤੁਹਾਨੂੰ ਸ਼ੋਅ ਕਰ ਦਿੰਦੇ, ਮੈਸੇਜ ਵਿੱਚ ਉਹ ਵੀ ਕੁਛ ਗੱਲ ਕਰ ਰਹੇ ਹੈ। ਸਕਰੀਨ ਤੇ ਨਜ਼ਰ ਆ ਰਿਹਾ ਹੈ ਕੁਛ ਮਨਪ੍ਰੀਤ? ਮਨਪ੍ਰੀਤ ਕੁਛ ਨਜ਼ਰ ਆ ਰਿਹਾ ਸਕਰੀਨ ਤੇ? April 5 ਹੈ, ਡੇਟ ਦਿੱਤੀ ਹੋਈ ਹੈ ਤੇ ਆ ਰਿਹਾ, ਤੁਹਾਨੂੰ ਪੂਰਾ ਸ਼ੋਅ ਕਰ ਦੇਣਾ ਐਕਚੁਅਲੀ ਪੂਰਾ। ਆਹ ਦੇਖੋ, April 5 ਹੈ, ਆਹ ਲਿਖਿਆ ਜ਼ਰੂਰ ਹੈ, ਰਿਮਾਈਂਡਰ ਕਰਨ ਦੀ ਲੋੜ ਨਹੀਂ ਹੈ। ਅੱਗੇ ਉਹਨੂੰ ਕਹਿੰਦੇ ਪਾਸਪੋਰਟ ਦੇ ਦਿਓ ਤੇ ਤੁਹਾਡੀ ਐਪਲੀਕੇਸ਼ਨ ਫਾਈਨਲਾਈਜ਼ ਹੋ ਜਾਏਗੀ। ਥੈਂਕ ਯੂ ਸਰ, ਥੈਂਕ ਯੂ ਸੋ ਮੱਚ। Oh my god, tusi pizza on kha lena, aaj pizza bana lena kuch acha. Oh my god, oh, take it easy. Thank you sir. Oh, sentimental ho gaya, sentimental ho jao. Yeah. Sir, 19 feb ਦੀ ਇਹਨਾਂ ਦੀ ਹੈਗੀ ਹੈ, 19th ਆਫ ਫੈਬ 2018 ਦੀ ਮੈਰਿਜ, ਸੋ ਆ 4 ਸਾਲ ਹੋ ਤੋਂ ਉੱਪਰ ਹੋ ਗਏ ਮੇਰੇ ਖਿਆਲ। 4 ਸਾਲ ਹੋ ਗਏ ਆ ਮੈਨੂੰ ਸਰ, ਮੈਨੂੰ ਇੱਥੇ ਆਈ ਨੂੰ ਵੀ ਅਗਸਤ ਵਿੱਚ 4 ਸਾਲ ਹੋ ਜਾਣੇ। ਆਈ ਵਾਸ ਸਟ੍ਰਗਲਿੰਗ ਇਨ 4 ਇਅਰਸ। ਕੋਈ ਗੱਲ ਨਹੀਂ ਮਨਪ੍ਰੀਤ, ਹਮ ਟੇਕ ਇਟ ਈਜ਼ੀ। ਸੌਰੀ, ਅੱਜ ਭਾਵੇਂ ਤੁਸੀਂ ਛੁੱਟੀ ਲੈ ਲਓ ਕੰਮ ਤੋਂ, ਅੱਜ ਛੁੱਟੀ ਲੈ ਲਓ, ਕਿਉਂਕਿ ਅੱਜ ਘਰ ਜਾਣਾ ਹੈ, ਜਾ ਕੇ ਹਸਬੈਂਡ ਨੂੰ ਵੀ ਦੱਸਣਾ ਹੋਣਾ ਹੈ, ਉਹ ਵੀ ਛਾਲਾ ਮਾਰੇਗਾ ਅੱਜ ਕਿ ਵੀ ਹਾਂ ਜੇ ਆ ਗਿਆ, ਪਾਸਪੋਰਟ ਜਮ੍ਹਾਂ ਕਰਾਓ, ਹੁਣ ਦਿਨ ਚੜ ਗਿਆ ਇੰਡੀਆ। ਮੈਨੂੰ ਕੋਈ ਆਈਡੀਆ ਨਹੀਂ ਸੀ, ਮੇਰੀ ਵੀਰੇ ਨਾਲ ਵੀ ਗੱਲ ਹੋਈ, ਮੈਨੂੰ ਕੋਈ ਆਈਡੀਆ ਨਹੀਂ ਹੋਇਆ, ਇਵਨ ਮੈਂ ਤਾਂ ਸਗੋਂ ਆਪੋਜ਼ਿਟ ਸੋਚ ਬੈਠੀ। ਸਰ, ਇਹਨਾਂ ਨੂੰ ਲੱਗਦਾ ਸੀ ਕਿ ਆਪਾਂ ਗੱਲ ਕਰਨ ਨੂੰ ਕਿਹਾ ਕਿ ਸ਼ਾਇਦ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ। ਮੈਨੂੰ ਇਹ ਲੱਗਾ ਬਿਕਾਜ਼ ਮੇਰੇ ਨਾਲ ਸਰ ਪਹਿਲਾਂ ਵੀ ਇੱਦਾਂ ਹੋ ਚੁੱਕਿਆ, ਮੈਨੂੰ ਉਹਨਾਂ ਨੇ ਦੱਸਿਆ ਨਹੀਂ ਸੀ, ਦੁਬਾਰਾ ਅਪਲਾਈ ਕਰ ਦਿੱਤਾ ਬਟ ਮੈਨੂੰ ਨਹੀਂ ਦੱਸਿਆ। ਓ ਮਾਈ ਗੋਡ, ਕਿੰਨੀ ਵਾਰ ਪਹਿਲਾਂ ਰਿਫਿਊਜ਼ ਹੋ ਗਿਆ ਮਨਪ੍ਰੀਤ? ਸਰ ਪਹਿਲਾਂ 3-4 ਵਾਰੀ ਰਿਫਿਊਜ਼ਲ ਹੋ ਚੁੱਕਾ। ਸੋ ਦਿਸ ਇਜ਼ ਦਾ ਫਿਫਥ ਟਾਈਮ। ਓ ਬੋਏ, ਯਾ। ਜਿਹੜਾ ਸੋਰਸ ਆਫ ਫੰਡ ਆ ਨਾ, ਉਹ ਆਫਿਸਰ ਨੂੰ ਕਲੀਅਰ ਨਹੀਂ ਸੀ ਹੁੰਦਾ,
ਸੋ ਉਹ ਇੱਕ ਛੋਟੀ ਜਿਹੀ ਗਲਤੀ ਕਰਕੇ ਉਹ ਵੀਜ਼ਾ ਜਿਹੜਾ ਉਹ ਸ਼ਾਇਦ ਰਿਫਿਊਜ਼ ਹੋ ਜਾਂਦਾ ਸੀ ਕਿਉਂਕਿ ਇੰਨਾ ਜ਼ਿਆਦਾ ਰਿਲੇਸ਼ਨਸ਼ਿਪ ਇਹਨਾਂ ਵਿਜ਼ਿਟ ਕਰ ਲਈ ਸੀ, ਪ੍ਰੋਬਲਮ ਨਹੀਂ ਸੀ। ਤੇ ਉਹਦੇ 'ਚ ਫਾਰਮਿੰਗ 'ਚ ਆਪਾਂ ਆਲਵੇਜ਼ ਸੋਚਦੇ ਹਾਂ ਕਿ ਆਈ ਟੀ ਆਰ ਫਾਈਲ ਕਰੀਏ ਜਾਂ ਨਾ ਕਰੀਏ ਜਾਂ ਕਰੀਏ ਜਾਂ ਨਾ ਕਰੀਏ, ਤੇ ਉਹਦੇ 'ਚ ਆਪਾਂ ਇਹੀ ਕਹਿੰਦੇ ਕਿ ਜੇ ਤੁਸੀਂ ਕਰਦੇ ਜੇ ਫਿਰ ਕੰਟੀਨਿਊ ਕਰੋ, ਜੇ ਨਹੀਂ ਵੀ ਕਰਦੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਫਿਰ ਇਹਦੇ ਵਿੱਚ ਉਹਨਾਂ ਦਾ ਜਿਹੜਾ ਉਹ ਆਪਾਂ ਇੱਕ ਆੜਤੀ ਕੋਲੋਂ ਬਣਵਾਉਂਦੇ ਨੇ ਉਹ ਅਟੈਚ ਕੀਤਾ ਸੀ, ਤੇ ਸੈਕਿੰਡ ਜਿਹੜਾ ਸੀ ਉਹ ਜਿਹੜਾ ਇਨਕਮ ਸਰਟੀਫਿਕੇਟ। ਬਾਕੀ ਤੇ ਜਿਹੜੇ ਪਹਿਲਾਂ ਵਾਲੇ ਡਾਕੂਮੈਂਟ ਸੀ ਰਿਲੇਸ਼ਨਸ਼ਿਪ ਬਾਰੇ ਤੇ ਹੋਰ ਸੀ ਜੋਬ ਦੇ, ਜੇ ਕਿਉਂਕਿ ਇਹ ਵਰਕ ਪਰਮਿਟ ਤੇ ਸੀ ਉਹ ਸਾਰੇ ਸੀ। ਤੇ ਕੋਈ ਜ਼ਿਆਦਾ ਵੈਸੇ ਪ੍ਰੋਬਲਮ ਹੈ ਨਹੀਂ ਸੀ, ਸਿਰਫ ਇਹ ਸੀ ਕਿ ਉਹ ਆਫਿਸਰ ਹਰ ਵਾਰੀ ਇਹ ਕਹਿ ਦਿੰਦਾ ਕਿ ਮੈਨੂੰ ਸੋਰਸ ਆਫ ਫੰਡ ਜਿਹੜਾ ਉਹ ਕਲੀਅਰ ਨਹੀਂ, ਕਿੱਥੋਂ ਪੈਸੇ ਇਹਨਾਂ ਨੂੰ ਆਉਂਦੇ। ਸੋਰਸ ਆਫ ਫੰਡ ਤੇ ਇਹਨਾਂ ਦੇ ਹਸਬੈਂਡ ਨੇ ਮੇਰੇ ਖਿਆਲ 7.5 ਲੱਖ ਦਿਖਾਏ ਹੋਏ ਆ, ਤੇ ਇਹਨਾਂ ਦੇ ਵਾਈਫ ਤੇ ਵੀ ਨਾਮ ਮੋਰ ਦੈਨ $10,000 ਹੈ, ਵਿਚ ਆਈ ਐਮ ਸਰਪ੍ਰਾਈਜ਼ਡ ਕਿ ਵਾਈ ਉਹਦੇ ਵੀ ਹੁਣ ਜੌਬ ਕਰਦੇ ਸੀ ਨਾ। ਇੱਕ ਦੂਸਰੀ ਪ੍ਰੋਬਲਮ ਇਹ ਵੀ ਸੀ ਕਿ ਚਲੋ ਹੁਣ ਥੋੜਾ ਜਿਹਾ ਟ੍ਰੈਂਡ ਵੀ ਪੋਜ਼ਿਟਿਵ ਹੀ ਚੱਲਦਾ ਤੇ ਵੀਜ਼ਾ ਵੀ ਕਾਫੀ ਆ ਰਿਹਾ, ਪਰ ਇਹਨਾਂ ਦੇ ਕੇਸ 'ਚ ਮੈਂ ਹੋਰ ਲੋਕਾਂ ਨੂੰ ਵੀ ਕਹਿਣਾ ਚਾਹੁੰਗਾ ਕਿ ਬਹੁਤੇ ਲੋਕ ਜਿਹੜੇ ਨਾ ਉਹ ਕਈ ਵਾਰੀ ਈ ਟ੍ਰਾਂਸਫਰ ਕਰਵਾਉਂਦੇ ਆ ਆਪਣੇ ਇੰਪਲੋਇਰ ਦੇ ਕੋਲੋਂ, ਮਤਲਬ ਇੰਪਲੋਇਰ ਉਹਨਾਂ ਦੇ ਈ ਟ੍ਰਾਂਸਫਰ ਕਰ ਦਿੰਦੇ ਆ ਕਿ ਅਸੀਂ ਤੁਹਾਨੂੰ ਜਿਹੜੀ ਤੁਹਾਡੀ ਪੇ ਆ ਉਹ ਈ ਟ੍ਰਾਂਸਫਰ ਕਰ ਦਾਂਗੇ। ਜਦੋਂ ਆਪਾਂ ਈ ਟ੍ਰਾਂਸਫਰ ਕਰਦੇ ਹਾਂ ਤੇ ਉਹਦੇ 'ਚ ਆਫਿਸਰ ਦੇ ਕੋਲ ਜਾਂ ਕਿਸੇ ਕੋਲ ਵੀ ਕੋਈ ਹੋਰ ਰਸਤਾ ਨਹੀਂ ਹੁੰਦਾ ਸੀ ਆਰ ਏ ਤੋਂ ਇਲਾਵਾ ਕਿ ਇਹ ਜਿਹੜੀ ਆਈਡੈਂਟੀਫਾਈ ਕਰ ਸਕੇ ਕਿ ਇਹ ਜਿਹੜੀ ਪੇਮੈਂਟ ਆਈ ਹੈ ਕਿੱਥੋਂ ਆਈ ਹੈ। ਸੋ ਇਹ ਨਹੀਂ ਚਾਹੀਦਾ ਕਦੀ ਵੀ ਇੰਪਲੋਇਰ ਦੇ ਕੋਲੋਂ ਈ ਟ੍ਰਾਂਸਫਰ ਨਾ ਕਰਵਾਓ। ਜੇ ਕਰਵਾਉਣੇ ਆ ਤੇ ਉਹਨਾਂ ਨੂੰ ਕਹੋ ਕਿ ਡਾਇਰੈਕਟ ਡਿਪੋਜ਼ਿਟ ਜਾਂ ਚੈੱਕ ਦੇ ਦੇਣ। ਕਿਹੜੇ ਸੋਰਸ ਤੋਂ ਆਏ ਆ, ਕਿੱਥੋਂ ਆਏ ਪੈਸੇ। ਹਾਂਜੀ, ਉਸ ਟਾਈਮ ਮੇਰੇ ਦਿਮਾਗ 'ਚ ਇਹ ਵਾਲਾ ਹੈ ਨਹੀਂ ਸੀਗਾ ਬਿਲਕੁਲ ਵੀ। ਉਦੋਂ ਉਹਨਾਂ ਦੇ ਨਿਊ ਓਨਰ ਸੀ ਤਾਂ ਉਹਨਾਂ ਨੇ ਮੈਨੂੰ ਐਵੇਂ ਹੀ ਟ੍ਰਾਂਸਫਰ ਮਤਲਬ ਕਰਨ ਲੱਗ ਗਏ ਈ ਟ੍ਰਾਂਸਫਰ, ਮੇ ਬੀ ਉਹਨਾਂ ਨੂੰ ਈਜ਼ੀ ਰਹਿੰਦਾ ਹੋਣਾ, ਪਰ ਮੇਰੇ ਦਿਮਾਗ 'ਚ ਬਿਲਕੁਲ ਵੀ ਇਹ ਚੀਜ਼ ਨਹੀਂ ਆਈ। ਬਟ ਜਦੋਂ ਤੁਸੀਂ ਕਿਹਾ ਸੀ ਵੀਰੇ, ਫਿਰ ਮੇਰੇ ਦਿਮਾਗ 'ਚ ਆਈ ਕਿ ਹਾਂ ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਜਾਂ ਡਾਇਰੈਕਟ ਡਿਪੋਜ਼ਿਟ ਹੋਣਾ ਚਾਹੀਦਾ ਸੀ ਤੇ ਜਾਂ ਫਿਰ ਹੈ ਨਾ ਚੈੱਕ ਹੋਣਾ ਚਾਹੀਦਾ ਸੀ। ਫਿਰ ਮੈਂ ਉਦੋਂ ਤੋਂ ਹੀ ਲੈਣਾ ਸ਼ੁਰੂ ਕਰ ਦਿੱਤੇ ਸੀਗੇ। ਉਦੋਂ ਉਹਨਾਂ ਨੇ ਮੈਨੂੰ ਇਹੀ ਕਿਹਾ ਸੀਗਾ ਕਿ ਅਗਰ ਤੁਹਾਨੂੰ ਕੋਈ ਕੁਐਸਚਨ ਕਰਦੇ ਆ, ਅਸੀਂ ਤੁਹਾਨੂੰ ਲੈਟਰ ਦੇ ਸਕਦੇ ਹਾਂ ਵੀ ਅਸੀਂ ਕੋਈ ਮਤਲਬ ਇਲੀਗਲ ਸਾਈਡ ਤੋਂ ਤਾਂ ਮਤਲਬ ਪੈਸੇ ਨਹੀਂ ਸੈਂਡ ਕਰ ਰਹੇ, ਇਲੀਗਲ ਬੈਂਕ ਤੋਂ ਮਤਲਬ ਅਸੀਂ ਆਪਣੇ ਅਕਾਊਂਟ ਤੋਂ ਸੈਂਡ ਕਰ ਰਹੇ ਹਾਂ, ਇੱਦਾਂ ਕੁਛ ਕਹਿ ਰਹੇ ਸੀਗੇ। ਨਹੀਂ ਨਹੀਂ ਉਹ ਚਲੋ ਤੁਹਾਨੂੰ ਦੱਸਿਆ ਵੀ ਉਹ ਤੇ ਨਹੀਂ ਆਪਾਂ ਕਿਸੇ ਤੇ ਡਾਊਟ ਕਰਦੇ, ਪਰ ਆਫਿਸਰ ਤੁਹਾਨੂੰ ਪਤਾ ਕਿ ਆਫਿਸਰ ਕੋਈ ਵੀ ਜੇ ਉਹਨੂੰ ਡਾਊਟ ਹੋਊਗਾ ਤੇ ਉਹਨੇ ਇਹ ਥੋੜਾ ਆਪਾਂ ਨੂੰ ਇੰਨਾ ਟਾਈਮ ਨਹੀਂ ਦੇਊਗਾ ਕਿ ਮੈਨੂੰ ਇਸ ਚੀਜ਼ ਨੂੰ ਕਲੀਅਰ ਕਰੋ, ਉਹਨੇ ਤੇ ਰਿਫਿਊਜ਼ ਕਰਕੇ ਕਹਿ ਦੇਣਾ ਕਿ ਚਲੋ ਨੈਕਸਟ ਟਾਈਮ ਸੈਂਡ। ਚਲੋ ਕੋਈ ਨਹੀਂ, ਤੁਸੀਂ ਮੈਨੂੰ ਲੱਗਦਾ ਜੋਬ ਤੇ ਜੇ ਤੁਸੀਂ ਆਪਣੀ ਜੋਬ ਕਰੋ ਸਰੀ ਦੇ ਵਿਚ ਹੁਣ ਸਮਰ ਆਉਣ ਵਾਲੀ ਆ ਤੇ ਬੈਸਟ ਟਾਈਮ ਆ ਜਿਹਨੇ ਸਰੀ ਚ ਆਉਣਾ ਹੋਵੇ, ਤੇ ਮੈਨੂੰ ਲੱਗਦਾ ਤੁਹਾਡੇ ਹਸਬੈਂਡ ਲਈ ਵੀ ਬੈਸਟ ਟਾਈਮ ਹੋਊਗਾ ਕਿਉਂਕਿ ਉਹ ਜਦੋਂ ਸਮਰ ਦੇ ਵਿਚ ਸਰੀ ਚ ਪਹੁੰਚਣਗੇ ਤੇ ਸਰੀ ਤੇ ਵੈਸੇ ਹੀ ਸਰੀ ਵੈਨਕੂਵਰ ਏਰੀਆ ਸਪਰ ਗਿਆ। Thank you very much. Thank you for your time. Take care and good luck for your husband. Thank you so much. Bye. Bye.